ਤਾਂ ਇਸ ਵੇਲੇ ਦੀ ਵੱਡੀ ਖਬਰ ਉਹਨਾਂ ਦੇ ਲਈ ਜੋ ਨੈਸ਼ਨਲ ਹਾਈਵੇ 44 ਤੇ ਸਫ਼ਰ ਕਰਦੇ ਨੇ, ਯਾਨੀ ਕਿ ਅੰਮ੍ਰਿਤਸਰ ਤੋਂ ਜਲੰਧਰ ਜਾਂਦੇ ਨੇ ਜਾਂ ਫਿਰ ਦਿੱਲੀ ਤੋਂ ਅੰਮ੍ਰਿਤਸਰ, ਜਿਹੜੀ GT ਰੋਡ ਜਿਸ ਨੂੰ ਅਸੀਂ ਆਸਾਨ ਭਾਸ਼ਾ 'ਚ ਕਹਿੰਦੇ ਹਾਂ, ਕੱਲ੍ਹ ਦੇ ਦਿਨ ਲਾਡੋਵਾਲ ਟੋਲ ਪਲਾਜ਼ੇ ਦੇ ਕੋਲ ਜਾਮ ਕੀਤੀ ਜਾਏਗੀ। ਟਰੱਕ ਓਪਰੇਟਰਾਂ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ, 4 ਘੰਟਿਆਂ ਤੱਕ ਇਸ ਰਾਹ ਨੂੰ ਬੰਦ ਕੀਤਾ ਜਾਵੇਗਾ। ਉਹਨਾਂ ਨੇ ਅਪੀਲ ਵੀ ਕੀਤੀ ਹੈ ਲੋਕਾਂ ਨੂੰ ਕਿ 12 ਵਜੇ ਤੋਂ ਲੈ ਕੇ 4 ਵਜੇ ਤੱਕ ਇਸ ਸੜਕ 'ਤੇ ਨਾ ਆਇਆ ਜਾਵੇ। ਤਾਂ ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰੋ ਤਾਂ ਕਿ ਜਿਹੜੇ ਲੋਕ ਦੂਰੋਂ ਆ ਰਹੇ ਨੇ ਇਸ ਸੜਕ 'ਤੇ ਨਾ ਪੈਣ, ਜਾਮ ਦੇ ਵਿੱਚ ਘੰਟੇ ਘੰਟੇ ਨਾ ਫਸਣ, ਅਤੇ ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰੋ ਤਾਂ ਕਿ ਲੋਕ ਖੱਜਲ ਖੁਆਰ ਨਾ ਹੋਣ। ਟਰੱਕ ਓਪਰੇਟਰਾਂ ਦੇ ਵੱਲੋਂ ਵੀ ਇਹੀ ਅਪੀਲ ਕੀਤੀ ਗਈ ਹੈ ਕਿ ਜਿਹੜੇ ਲੋਕ ਨੇ ਉਹ ਹੋਰ ਰਾਹ ਚੁਣਨ ਦਿੱਲੀ ਤੋਂ ਅੰਮ੍ਰਿਤਸਰ ਜਾਣ ਲਈ। ਜਦ ਲਾਡੋਵਾਲ ਟੋਲ ਪਲਾਜ਼ਾ ਲੁਧਿਆਣੇ ਦੇ ਵਿੱਚੋਂ ਲੰਘ ਕੇ ਆਉਂਦਾ ਹੈ ਤਾਂ ਲੁਧਿਆਣੇ ਦੇ ਲਾਗੇ ਜਾਮ ਲੱਗੇਗਾ, ਤਾਂ ਹੋਰ ਰਾਹ ਤੋਂ ਅੰਮ੍ਰਿਤਸਰ ਜਾਂ ਜਲੰਧਰ ਵੱਲ ਜਾਣ ਜਾਂ ਜਲੰਧਰ ਤੋਂ ਆਉਣ ਵਾਲੇ ਜਿਹੜੇ ਦਿੱਲੀ ਜਾਣਾ ਜਿਨ੍ਹਾਂ ਨੇ ਉਹ ਹੋਰ ਰਾਹ ਚੁਣ ਲੈਣ, ਕਿਉਂਕਿ ਆਲੇ ਦੁਆਲੇ ਤੋਂ 2-3 ਸੜਕਾਂ ਨਿਕਲਦੀਆਂ ਨੇ। ਇਸ ਤਰੀਕੇ ਦਾ ਕਹਿਣਾ ਹੈ ਟਰੱਕ ਓਪਰੇਟਰਾਂ ਦਾ, ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਇਸੇ ਟੋਲ ਪਲਾਜ਼ੇ 'ਤੇ। ਕੱਲ੍ਹ ਦੇ ਦਿਨ ਜਾਮ ਲੱਗੇਗਾ, 12 ਵਜੇ ਤੋਂ ਲੈ ਕੇ ਦੁਪਹਿਰ 4 ਵਜੇ ਤੱਕ, ਸ਼ਾਮ ਤੱਕ ਜਾਮ ਰਹੇਗਾ ਇਹ ਸੜਕ। ਓਪਰੇਟਰਾਂ ਦੇ ਵੱਲੋਂ, ਟਰੱਕ ਓਪਰੇਟਰਾਂ ਅਤੇ ਮਜ਼ਦੂਰ ਯੂਨੀਅਨ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਹੈ, ਬੰਦ ਰਹੇਗਾ ਲਾਡੋਵਾਲ ਟੋਲ ਪਲਾਜ਼ੇ ਵਾਲਾ ਸੜਕ 4 ਘੰਟੇ। 1 ਲੱਖ ਲੋਕ ਸੜਕ 'ਤੇ ਬੈਠਣਗੇ, ਇਸ ਤਰੀਕੇ ਦਾ ਦਾਅਵਾ ਕੀਤਾ ਜਾ ਰਿਹਾ ਇਸ ਟਰੱਕ ਓਪਰੇਟਰ ਦੇ ਵੱਲੋਂ ਕਿ 1 ਲੱਖ ਲੋਕ ਕੱਲ੍ਹ ਸੜਕ 'ਤੇ ਹੋਣਗੇ। ਹੱਕੀ ਮੰਗਾਂ ਨੂੰ ਲੈ ਕੇ ਟਰੱਕ ਯੂਨੀਅਨ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਰਾਹ 'ਤੇ ਸਫ਼ਰ ਨਾ ਕਰੋ, ਇਸ ਤਰੀਕੇ ਦੀ ਅਪੀਲ ਟਰੱਕ ਓਪਰੇਟਰ ਦੇ ਪ੍ਰਧਾਨ ਵੱਲੋਂ ਕੀਤੀ ਜਾ ਰਹੀ ਹੈ। ਟਰੱਕ ਯੂਨੀਅਨ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਕੱਲ੍ਹ ਯਾਨੀ ਕਿ 7 ਫਰਵਰੀ ਨੂੰ 12 ਵਜੇ ਤੋਂ, ਦੁਪਹਿਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਸ਼ਾਮ ਨੂੰ ਜਾਮ ਲੱਗਿਆ ਰਹੇਗਾ। ਸੜਕ 'ਤੇ ਲੋਕ ਬੈਠਣਗੇ, ਟਰੱਕ ਓਪਰੇਟਰ ਬੈਠਣਗੇ, ਮਜ਼ਦੂਰ ਬੈਠਣਗੇ, ਸੜਕ ਨੂੰ ਜਾਮ ਕੀਤਾ ਜਾਵੇਗਾ। ਇਸ ਦੇ ਪਿੱਛੇ ਦਾ ਮਕਸਦ ਹੈ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣਾ। ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਟਰੱਕ ਓਪਰੇਟਰਾਂ ਦੇ ਵੱਲੋਂ ਇੱਕ ਧਰਨਾ ਦਿੱਤਾ ਗਿਆ ਸੀ, ਪੂਰੇ ਭਾਰਤ ਦੇ ਵਿੱਚ ਟਰੱਕ ਓਪਰੇਟਰਾਂ ਦੇ ਵੱਲੋਂ ਸਟ੍ਰਾਈਕ ਰੱਖੀ ਗਈ ਸੀ। ਉਸ ਪਿੱਛੇ ਦਾ ਕਾਰਨ ਸੀ ਸਰਕਾਰ ਵੱਲੋਂ ਲਿਆਉਣ ਵਾਲਾ ਇੱਕ ਨਿਯਮ, ਹਿੱਟ ਐਂਡ ਰਨ, ਜਿਸ ਦੇ ਵਿੱਚ ਡਰਾਈਵਰਾਂ ਨੂੰ ਜਿਹੜੇ ਐਕਸੀਡੈਂਟ ਕਰਕੇ ਭੱਜਣਗੇ ਉਹਨਾਂ ਨੂੰ 7 ਲੱਖ ਰੁਪਏ ਦੇਣੇ ਪੈਣਗੇ ਅਤੇ ਕੁਝ ਸਾਲਾਂ ਦੀ ਸਜ਼ਾ ਵੀ ਹੋਵੇਗੀ। ਤਾਂ ਉਸ ਕਾਨੂੰਨ ਦੇ ਵਿਰੁੱਧ ਲੋਕ ਖੜ੍ਹੇ ਹੋ ਗਏ ਸੀ, ਟਰੱਕ ਓਪਰੇਟਰ ਖੜ੍ਹੇ ਹੋ ਗਏ ਸੀ, ਕਾਫੀ ਖੱਜਲ ਖੁਆਰ ਹੋਏ ਲੋਕ ਕਿਉਂਕਿ ਪੈਟਰੋਲ ਪੰਪ 'ਤੇ ਲੰਮੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਸੀ। ਤਾਂ ਉਹ ਸਰਕਾਰ ਨੇ ਉਹ ਕਾਨੂੰਨ ਲਾਗੂ ਨਹੀਂ ਕੀਤਾ, ਜਿਸ ਤੋਂ ਬਾਅਦ ਟਰੱਕ ਯੂਨੀਅਨ ਦੇ ਵੱਲੋਂ ਧਰਨਾ ਖਤਮ ਕੀਤਾ ਗਿਆ ਸੀ, ਸਟ੍ਰਾਈਕ ਖਤਮ ਕੀਤੀ ਗਈ ਸੀ। ਅਤੇ ਹੁਣ ਫਿਰ ਟਰੱਕ ਯੂਨੀਅਨ ਦੇ ਪ੍ਰਧਾਨਾਂ ਦੇ ਵੱਲੋਂ ਇਹ ਐਲਾਨ ਕੀਤਾ ਜਾ ਰਿਹਾ ਕਿ ਟੋਲ ਪਲਾਜ਼ਿਆਂ 'ਤੇ ਜਦ ਉਹ ਲੰਘਦੇ ਨੇ ਤਾਂ ਉਹਨਾਂ ਦੇ ਜਦ ਟਰੱਕ ਲੰਘਦੇ ਨੇ ਤਾਂ ਓਵਰਲੋਡ ਹੋਣ ਦੇ ਕਰਕੇ ਉਹਨਾਂ ਤੋਂ 4 ਗੁਣੇ ਵੱਧ ਪੈਸੇ ਲਿੱਤੇ ਜਾਂਦੇ ਨੇ, 4 ਗੁਣਾ ਵੱਧ ਪੈਸੇ ਲਿੱਤੇ ਜਾਂਦੇ ਨੇ। ਅਤੇ ਹੋਰ ਕਈ ਥਾਵਾਂ 'ਤੇ ਪ੍ਰਤਾੜਿਤ ਕੀਤਾ ਜਾਂਦਾ ਹੈ ਟਰੱਕ ਵਾਲਿਆਂ ਨੂੰ। ਤਾਂ ਇਹਨਾਂ ਗੱਲਾਂ ਨੂੰ ਲੈ ਕੇ, ਇਹਨਾਂ ਹੱਕਾਂ ਨੂੰ ਲੈ ਕੇ, ਇਹਨਾਂ ਮੰਗਾਂ ਨੂੰ ਲੈ ਕੇ ਕੱਲ੍ਹ ਪ੍ਰਦਰਸ਼ਨ ਕੀਤਾ ਜਾਵੇਗਾ। ਆਓ ਟਰੱਕ ਓਪਰੇਟਰਾਂ ਦੇ ਜਿਹੜੇ ਪ੍ਰਧਾਨ ਨੇ, ਸੂਬਾ ਪ੍ਰਧਾਨ ਨੇ ਪੰਜਾਬ ਦੇ, ਉਹਨਾਂ ਤੋਂ ਜਾਣਦੇ ਹਾਂ ਕਿ ਆਖਿਰਕਾਰ ਕੱਲ੍ਹ ਦਾ ਜਿਹੜਾ ਧਰਨਾ ਲੱਗਣਾ ਹੈ ਉਸ ਦੇ ਪਿੱਛੇ ਦਾ ਮਕਸਦ ਕੀ ਹੈ, ਉਸ ਦੇ ਪਿੱਛੇ ਦਾ ਕਾਰਨ ਕੀ ਹੈ। ਮੈਂ ਹਰਪ੍ਰੀਤ ਸੰਧੂ, ਪੰਜਾਬ ਪ੍ਰਧਾਨ ਆਲ ਪੰਜਾਬ ਟਰੱਕ ਓਪਰੇਟਰ। ਕੱਲ੍ਹ ਦਾ ਜਿਹੜਾ ਧਰਨਾ ਹੈ ਉਹ ਲੇਬਰ ਜਥੇਬੰਦੀਆਂ, 5 ਲੇਬਰ ਜਥੇਬੰਦੀਆਂ ਅਤੇ ਨਾਲ ਆਲ ਪੰਜਾਬ ਟਰੱਕ ਓਪਰੇਟਰ ਜਿਹੜੀਆਂ ਲਾ ਰਹੀ ਆ, ਉਹ ਧਰਨਾ ਇਸ ਗੱਲ ਨੂੰ ਲੈ ਕੇ ਕਿ ਅਨਾਜ ਪੋਲਿਸੀ ਪਹਿਲਾਂ ਜਿਹੜੀ ਸਾਡੀ ਸਰਕਾਰ ਆ
ਮੈਨੂੰ ਇਹ ਨੀ ਸਮਝ ਆਉਂਦੀ ਪਿਛਲੀ ਸਰਕਾਰਾਂ ਦਾ ਜੋ ਕੀਤਾ ਕੀਤਾ। ਆਪਾਂ ਕਹਿੰਦੇ ਆਸ਼ੂ ਜੀ ਕਰਪਟ ਸੀ, ਆਸ਼ੂ ਜੀ ਨੇ ਮਾਲ ਜਿਹੜੇ ਟੈਂਡਰਾਂ ਦੇ ਵਿੱਚ ਬਹੁਤ ਘਪਲੇ ਕੀਤੇ ਆ, ਤੇ ਅੱਜ ਸਾਲ 2 ਬੀਤ ਗਏ ਆ, ਸਾਡੀ ਸਰਕਾਰ ਵੀ ਉਸੇ ਲੀਹਾਂ ਤੇ ਚੱਲ ਰਹੀ ਆ। ਅੱਜ ਮੈਂ ਸੁਣ ਚ ਹੁਣੇ ਹੁਣੇ ਸੁਣ ਚ ਆਇਆ ਜਿਹੜਾ ਅਨਾਜ ਪਾਲਿਸੀ ਦੇ ਟੈਂਡਰ ਆ ਉਹ ਪਿਛਲੇ ਸਾਲ ਵਾਲੇ ਸਟੈਂਡ ਕਰਨਾ ਚਾਹੁੰਦੇ ਆ। ਉਹ ਟੈਂਡਰ ਕਿਹਨਾਂ ਨੂੰ ਦਿੱਤੇ ਆ? ਚੰਦ ਠੇਕੇਦਾਰਾਂ ਨੂੰ, 15-14 ਪਰਿਵਾਰ ਆ ਪੰਜਾਬ ਦੇ, ਜਿੱਥੇ 70-75 ਹਜ਼ਾਰ ਲੇਬਰ ਵਾਲਿਆਂ ਦਾ ਪਰਿਵਾਰ ਆ, 1.5 ਲੱਖ ਦੇ ਕਰੀਬ ਸਾਡਾ ਪਰਿਵਾਰ ਆ। ਇਹਨਾਂ ਨੂੰ ਸਰਕਾਰ ਨੂੰ ਇੱਕ ਪਾਸੇ 3-2.5 ਲੱਖ ਪਰਿਵਾਰ ਆ ਉਹ ਨੀ ਦਿਸ ਰਿਹਾ, ਇੱਕ ਪਾਸੇ 14-15 ਪਰਿਵਾਰਾਂ ਨੂੰ ਕੰਮ ਦੇ ਰਹੀ ਆ। ਓਵਰਲੋਡਿੰਗ ਟਰੈਕਟਰ ਟਰਾਲੀਆਂ ਚੱਲਦੀਆਂ ਆ, ਜਿਹੜਾ ਅਨਾਜ ਦੀ ਆਪਣਾ ਮਾਨਯੋਗ ਹਾਈਕੋਰਟ ਦੀ ਲੰਘਣਾ ਆ, ਓਵਰਲੋਡਿੰਗ ਸੁਪਰੀਮ ਕੋਰਟ ਦੀ ਲੰਘਣਾ ਆ। ਆ ਟੋਲ ਬੈਰੀਅਰ ਤੇ ਦੇਖ ਲਓ ਕਿਵੇਂ ਲੁੱਟ ਹੁੰਦੀ ਆ, 3-3 ਗੁਣਾ 4-4 ਗੁਣਾ ਟੋਲ ਲਿਆ ਜਾ ਰਿਹਾ ਆ। ਇਹਨਾਂ ਗੱਲਾਂ ਨੂੰ ਲੈ ਕੇ ਹਿਮਾਚਲ ਦੀਆਂ ਗੱਡੀਆਂ ਪੰਜਾਬ ਦੇ ਵਿੱਚੋਂ ਭਰਦੀਆਂ ਪਰ ਪੰਜਾਬ ਦੀਆਂ ਗੱਡੀਆਂ ਨੂੰ ਕੰਮ ਨਹੀਂ ਮਿਲਦਾ, ਇਹ ਮੰਗਾਂ ਆ। ਪੰਜਾਬ ਦੇ ਟੁੱਟੇ ਹੋਏ ਟੈਕਸ ਕੋਰੋਨਾ ਕਾਲ ਦੇ ਟਾਈਮ ਦੇ ਟੁੱਟੇ ਟੈਕਸ ਆ ਮਾਫ਼ ਕੀਤੇ ਜਾਣ। ਪੰਜਾਬ ਦੇ ਵਿੱਚ RTO ਦਫ਼ਤਰਾਂ ਵਿੱਚ, MBA ਦਫ਼ਤਰਾਂ ਵਿੱਚ ਟਰੱਕ ਆਪਰੇਟਰਾਂ ਦੀ ਲੁੱਟ ਹੁੰਦੀ ਆ ਉਹਨੂੰ ਰੋਕਿਆ ਜਾਵੇ, ਪੰਜਾਬ ਦੇ ਹਾਈਵੇ ਦੇ ਉੱਤੇ ਲੁੱਟ ਹੁੰਦੀ ਉਹਨੂੰ ਰੋਕਿਆ ਜਾਵੇ। ਸੋ ਸਭ ਤੋਂ ਵੱਡਾ ਮੁੱਦਾ ਜਿਹੜਾ ਸਾਡਾ ਹੈਗਾ ਉਹ ਸਾਡਾ ਇਹ ਆ ਕਿ ਜਿਹੜੀ ਅਨਾਜ ਪਾਲਿਸੀ ਆ ਇਹ ਠੀਕ ਕਰਾ ਕੇ ਲੇਬਰ ਦਾ ਕੰਮ ਲੇਬਰ ਨੂੰ ਦਿਓ, ਟਰੱਕਾਂ ਦਾ ਕੰਮ ਟਰੱਕਾਂ ਨੂੰ ਦਿਓ, ਉਹਨੂੰ ਲੈ ਕੇ ਧੰਨਾ ਆ। ਪਰ ਮੈਂ ਤਾਂ ਜਨਤਾ ਨੂੰ ਵੀ ਇੱਥੇ ਦਿਨ ਕਹਾਂਗਾ, ਲਾਸ ਪਾਸ ਦੇ ਜਿਹੜੇ ਮੇਰੇ ਸੱਜਣਾ ਜਾਣਾ ਹੋਊਗਾ, ਚਾਹੇ ਅਸੀਂ ਐਂਬੂਲੈਂਸ ਵਾਸਤੇ ਰਸਤਾ ਖਾਲੀ ਰੱਖਾਂਗੇ, ਪਰ ਫਿਰ ਵੀ ਤਾਂ ਕਿ ਕਿਸੇ ਨੂੰ ਮੁਸ਼ਕਿਲ ਨਾ ਆਵੇ, ਇਹਦੇ ਲਾਗੇ ਦੇ ਜਿਹੜੇ ਵੀ ਰੂਟ ਹੈਗੇ ਉਸ ਰੂਟ ਤੇ ਜਾਣ, ਇਸ ਰੂਟ ਤੇ ਨਾ ਆਉਣ, ਕਿਉਂਕਿ ਸਾਡੀ ਅਸੀਂ ਚਾਹੁੰਦੇ ਨਹੀਂ ਸੀ। ਪਿਛਲੇ ਲਗਭਗ 1.5 ਮਹੀਨੇ ਤੋਂ ਧਰਨੇ ਮੁਲਤਵੀ ਕਰਦੇ ਆਉਂਦੇ ਆ, ਪਰ ਸਰਕਾਰ ਦੇ ਇਕੱਲੀ ਮੀਟਿੰਗ ਤੇ ਮੀਟਿੰਗ ਹੀ ਹੁੰਦੀ ਆ, ਕੰਨਾਂ ਤੇ ਜੂ ਨਹੀਂ ਸਰਕਦੀ, ਅੱਜ ਤੱਕ ਅਨਾਜ ਪਾਲਿਸੀ ਨਹੀਂ ਬਣੀ। ਸੋ ਇਹਨੂੰ ਲੈ ਕੇ ਮਜ਼ਬੂਰ ਨੂੰ ਸਾਨੂੰ ਧਰਨਾ ਲਾਉਣਾ ਪੈ ਰਿਹਾ। ਮੈਂ ਉਹੀ ਗੱਲ ਕਹਿ ਰਿਹਾ ਕਿ ਟਰੈਕਟਰ ਟਰਾਲੀਆਂ ਹਾਈਵੇ ਵਾਸਤੇ ਨਹੀਂ ਬਣੀਆਂ, ਉਹ ਐਗਰੀਕਲਚਰ ਵਾਸਤੇ ਬਣੀਆਂ। ਠੀਕ ਹੈ, ਤੁਸੀਂ ਉਹ ਐਗਰੀਕਲਚਰ ਤੇ ਆਪਣੀ ਫਸਲ ਜਾਣੀ ਮਾੜੀ ਮੋਟੀ ਲੈ ਜਾਓ, ਉਹਨਾਂ ਨੂੰ ਕਿੰਨਾ ਫਾਇਦਾ ਕਿ ਉਹ ਜੇ ਟੋਲ ਪਲਾਜ਼ਾ ਦੇ ਉੱਤੋਂ ਲੰਘਦੇ ਆ ਤਾਂ ਉਹਨੂੰ ਟੈਕਸ ਨਹੀਂ ਲੱਗਦਾ, ਸਾਨੂੰ ਉਹਦੇ ਬੱਟੇ 1800-1800 ਰੁਪਏ ਟੈਕਸ ਦੇਣਾ ਪੈਂਦਾ। ਨਾ ਉਹਨਾਂ ਦੇ ਕਾਗਜ਼ ਆ, ਨਾ ਕੋਈ ਸਿਸਟਮ ਆ, ਸਾਡੇ ਟਰੱਕਾਂ ਨੂੰ ਰੋਕਣੇ ਤੇਰੇ ਕਾਗਜ਼ਾਂ ਦੀ ਕਮੀ ਆ। ਇਹ ਸਰਕਾਰ ਦੀ ਮੈਨੂੰ ਨਹੀਂ ਲੱਗਦਾ ਕਿ ਮਨਸ਼ਾ ਦੇ ਵਿੱਚ ਸਹੀ ਆ। ਅਸੀਂ ਤਾਂ ਕਹਿੰਦੇ ਹਾਂ ਸਹੀ ਕੰਮ ਸਹੀ ਹੋਣਾ ਚਾਹੀਦਾ, ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ। ਕੱਲ ਆੜ ਕੇ ਬੈਠ ਜਾਣਾ, ਮਿੱਥੇ ਸਮੇਂ ਨਹੀਂ ਹੈ, ਜਦੋਂ ਤੱਕ ਸਰਕਾਰ ਨਹੀਂ ਮੈਨੂੰ ਵੀ ਬੈਠੇ ਰਹਾਂਗੇ। ਧੰਨਵਾਦ।